ज्ञान ध्यान किछ कर्म न जाना सार न जाना तेरी सब ते वड़ा सतगुरु नानक जिन कलरा की मेरी जिन कलरा पंज सौ पंजा साल गुरां दी शताब्दी नूं संगतां मना रहियां ने शरदा दे नाल पंज सौ पंजा साल गुरां दी शताब्दी नूं संगतां मना रहियां ने शरदा दे नाल जग जद धरती पुकारिया सतगुरु युद्ध अवतार धारिया धर गज जग जद धरती पुकारिया सतगुरु युद्ध अवतार धारिया पैंदी है झलक हारी इक थंद जैसे पैंदी है झलक हारी इक थंद जैसे नानक गुरु जी होर सब ते दयाल पंज सौ पंजा साल गुरां दी शताब्दी नूं संगतां मना रहियां ने शरदा दे नाल पंज सौ पंजा साल गुरां दी शताब्दी नूं संगतां मना रहियां ने शरदा दे नाल चौदह सौ नहत्तर सन ईस्वी तो लैके चौदह सौ नहत्तर सन ईस्वी तो लैके अज तक कर रहे ने गुरु जी निहाल पंज सौ पंजा साल गुरां दी शताब्दी नूं संगतां मना रहियां ने शरदा दे नाल पंज सौ पंजा साल गुरां दी शताब्दी नूं संगतां मना रहियां ने शरदा दे नाल
ਚੱਪ ਵੰਡ ਸਕੀਏ ਸਿੱਧਕ ਭਰੋਸਾ ਉੱਥ ਕਰੀ ਤੇ ਰੱਖੀਏ ਕਰੀਏ ਕਿਰਤ ਨਾਮ ਜਪ ਵੰਡ ਛਕੀਏ ਸਿੱਧਕ ਭਰੋਸਾ ਉੱਥ ਕਰੀ ਤੇ ਰੱਖੀਏ ਇਹੋ ਉਪਦੇਸ਼ ਸਤਿਗੁਰਾਂ ਸਾਨੂੰ ਦਿੱਤਾ ਇਹੋ ਉਪਦੇਸ਼ ਸਤਿਗੁਰਾਂ ਸਾਨੂੰ ਦਿੱਤਾ ਨਾਮ ਦਾਨ ਦਾ ਖਜ਼ਾਨਾ ਕਰ ਲਈਏ ਮਾਲਾ ਮਾਲ 550 ਸਾਲਾਂ ਗੁਰਾਂ ਦੀ ਸ਼ਤਾਬਦੀ ਨੂੰ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ 550 ਸਾਲਾਂ ਗੁਰਾਂ ਦੀ ਸ਼ਤਾਬਦੀ ਨੂੰ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ ਕਰ ਪ੍ਰਾਣੀ ਅਸੀਂ ਕਰਾਂਗੇ ਕੇਸਾਂ ਦੀ ਸੰਭਾਲ 550 ਸਾਲਾਂ ਗੁਰਾਂ ਦੀ ਸ਼ਤਾਬਦੀ ਨੂੰ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ 550 ਸਾਲਾਂ ਗੁਰਾਂ ਦੀ ਸ਼ਤਾਬਦੀ ਨੂੰ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ ਸੰਗਤਾਂ ਮਨਾ ਰਹੀਆਂ ਨੇ ਸ਼ਰੀ ਦਾਦਨਾ ਗੁਰੂ ਗ੍ਰੰਥ ਹੈ ਦੁਨੀਆਂ ਦਾ ਗ੍ਰੰਥ ਇੱਕੋ ਹਿੰਦੂਆਂ ਨਾਲ ਬੈਠੇ ਮੁਸਲਮਾਨ ਇਸ ਵਿੱਚ ਦੋਵੇਂ ਪੜ੍ਹਦੇ ਨੇ ਬੜੇ ਪਿਆਰ ਦੇ ਨਾਲ ਉਹਦੀ ਗੀਤਾ ਤੇ ਉਹਦਾ ਕੁਰਾਨ ਇਸ ਵਿੱਚ ਡੂਮ ਮਰਾਸੀ ਤੇ ਨਾਈ ਛੀਂਬੇ ਕਬੀਰ ਜੁਲਾਹਾ ਤੇ ਧੰਨਾ ਕਿਰਸਾਨ ਇਸ ਵਿੱਚ ਗੰਗਾ ਜਿਹਦੇ ਕਸੀਰੇ ਨੂੰ ਲੋਚਦੀ ਸੀ ਬੇਗਮਪੁਰੇ ਦਾ ਸ਼ਾਇਰੀ ਮਹਾਨ ਇਸ ਵਿੱਚ ਸਮਾਂ ਆਊਗਾ ਪਰਵਾਨਿਆਂ ਦੇਖ ਲਈ ਸ਼ਰਧਾ ਰੱਖੂਗਾ ਸਾਰਾ ਜਹਾਨ ਇਸ ਵਿੱਚ ਆਓ ਸਭ ਤੋਂ ਪਹਿਲਾਂ ਸਿੱਖ ਜਗਤ ਫਲਵਾੜੀ ਦੇ ਵਾਰਸ ਸੱਚ ਦੇ ਪੰਨ ਦੀ ਪ੍ਰੀਤਾਂ ਦੇ ਪਹਿਰੇਦਾਰ ਮੌਜਾਂ ਦੇ ਮਾਹੀ ਪਾਕ ਮਸੀਹਾ ਸੱਚੀਆਂ ਤੇ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ ਦੁਖੀਆਂ ਦੇ ਦਾਰੂ ਮਜਲੂਮਾਂ ਦੇ ਦਰਦੀ ਸਿੱਖ ਬਾਗ ਦੇ ਬ੍ਰਹਮੀ ਮਾਲੀ ਸੱਚਾਈ ਅਤੇ ਗੁਣਾਂ ਦੇ ਖਜ਼ਾਨੇ ਹਾਜ਼ਰਾ ਹਜ਼ੂਰ ਦਾਰਾ ਜਹੂਰ ਗਦੀ ਤੇ ਬਰਾਜਮਾਨ ਚਵਰ ਤਖ਼ਤ ਕੇ ਮਾਲਕ ਨਾਮ ਕਜਹਾਜ਼ ਬਾਣੀ ਕੇ ਬੋਹਿਤ ਪਾਵਸਾਗਰ ਦਾ ਬੇੜਾ ਭਗਤਾਂ ਦੀ ਤੜਪ ਗੁਰੂਆਂ ਦੀ ਰਚਨਾ ਰਸ ਭਿੰਨੀ ਰਹਿਣ ਵਾਲੀ ਗੁਲਾਲਮ ਸਾਹਿਬ ਕਮਾਲ ਤੇ ਲੋਕੀ ਦੇ ਬਾਦਸ਼ਾਹ ਕੋਟ ਬ੍ਰਹਿਮੰਡਾਂ ਦੇ ਮਾਲਕ ਪ੍ਰੀਤਮ ਦੀ ਬ੍ਰਹਮ ਦੇ ਜ਼ੁਬਨ ਮੰਗਾ ਪੰਜਾਬੀ ਬੋਲੀਆਂ ਦਾ ਭੰਡਾਰਾ ਗਦੀ ਤੇ ਬਰਾਜਮਾਨ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਢਾਡੀ ਮੀਰੀ ਪੀਰੀ ਸਭਾ ਵੱਲੋਂ ਇਹ ਢਾਡੀ ਦਰਬਾਰ ਕਰਵਾਏ ਜਾ ਰਹੇ ਹਨ ਨਮਾਨੇ ਦੇ ਢਾਡੀ ਇੱਥੇ ਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਪਿਆਰ ਵਿੱਚ ਆਓ ਗੁਰੂ ਮਹਾਰਾਜ ਦੇ ਮੁਬਾਰਕ ਚਰਨਾਂ ਵਿੱਚ ਤੁਹਾਡੀ ਅਤੇ ਸਾਡੀ ਹਾਜ਼ਰੀ ਲੱਗ ਜਾਏ ਕੁਝ ਕਹਿਣ ਦਾ ਬਲ ਬਖਸ਼ੋ ਦੋਨੋਂ ਹੱਥ ਜੋੜੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤੋਂ ਪਹਿਲਾਂ ਕੌਮ ਦੇ ਮਹਾਨ ਵਿਦਵਾਨ ਆਪ ਜੀ ਦੇ ਨਾਲ ਵਿਚਾਰਾ ਸਾਂਝੀਆਂ ਕਰਕੇ ਗਏ ਹੈ 45 ਮਿੰਟ ਦਾ ਸਮਾਂ ਸੰਗਤਾਂ ਦੇ ਸੁਭਾਗੇ ਦਰਸ਼ਨਾਂ ਦਾ ਇਹ ਨਮਾਨੇ ਦੇ ਢਾਡੀ ਜੱਥਿਆਂ ਨੂੰ ਨਸੀਬ ਹੋਇਆ ਹੈ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਦੇ ਚੋਜਾਂ ਵਿੱਚੋਂ ਇੱਕ ਝਲਕ ਆਪ ਜੀ ਦੇ ਸਮੇਂ ਪੇਸ਼ ਕਰ ਜਾਣੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੁਖੀਆਂ ਦੀਆਂ ਪੁਕਾਰਾਂ ਸੁਣ ਕੇ ਲੋਕਾਂ ਦੀਆਂ ਤਾਹਾਂ ਸੁਣ ਕੇ ਜਗਤ ਜਲੰਦੇ ਨੂੰ ਠਾਰਨ ਵਾਸਤੇ 15 ਅਪ੍ਰੈਲ 1526 ਬਿਕਰਮੀ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਮਹਿਤਾ ਕਾਲਿਆਣ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਆਪ ਰੱਬ ਨੇ ਜਨਮ ਲਿਆ ਬਾਣੀ ਦਾ ਫਰਮਾਨ ਹੈ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ ਦੇ ਮਹਾਂ ਵਾਕ ਅਨੁਸਾਰ ਦੁਨੀਆਂ ਨੂੰ ਤਾਰਨ ਵਾਸਤੇ ਆਏ ਨੇ ਬੜੇ ਚੋਜ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਸ ਸੰਸਾਰ ਦੇ ਕੀਤੇ ਆਕਾਸ਼ੀ ਤਾਰੇ ਗਿਣੇ ਜਾ ਸਕਦੇ ਆ ਪਰ ਜਿਹੜੇ ਚੋਜ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਰਕੇ ਗਏ
ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪੰਜਾਬੀ ਦਾ ਸ਼ਾਇਰ ਕਹਿੰਦਾ ਮੇਰੀ ਕਲਮ ਗਰੀਬੀ ਨਹੀਂ ਲਿਖੇ ਕੀ ਕੀ, ਬਈ ਗੁਰੂ ਨਾਨਕ ਨੇ ਕੀਤੇ ਉਪਕਾਰ ਜਿਹੜੇ ਉਹਨੇ ਪਲਾਂ ਵਿੱਚ ਭਵਜਲੋ ਪਾਰ ਕੀਤੇ, ਬੇੜੇ ਡੁੱਬਦੇ ਸੀ ਮਾਂਝ ਧਾਰ ਜਿਹੜੇ ਫੜ ਕੇ ਸੁੱਖਾਂ ਦੀ ਨੀਂਦ ਸਵਾਲ ਦਿੱਤੇ, ਹੈ ਸੀ ਮੁੱਤਤਾ ਦੁੱਧ ਖਿਆਰ ਜਿਹੜੇ, ਬਈ ਸੱਜਣ ਠੱਗ ਵਰਗੇ ਕਦੇ ਸੁਧਰਦੇ ਨਾ, ਭਾਗੋ ਜਿਹਾ ਦਾ ਨਾ ਉਧਾਰ ਹੁੰਦਾ, ਲਾਲੋ ਵਰਗਿਆਂ ਨੂੰ ਕਿਹਨੇ ਪੁੱਛਣਾ ਸੀ ਜੇ ਗੁਰੂ ਨਾਨਕ ਦਾ ਨਾਂ ਅਵਤਾਰ ਹੁੰਦਾ। ਉਸੇ ਵਪਾਰੀ ਦੇ ਕੰਮ ਹੈ ਸੀ ਤੇਰਾ ਤੇਰਾ ਕਹਿ ਹੱਟ ਲਟਾਈ ਜਾਣੀ, ਕਰਨਾ ਗਿਆਨ ਤ੍ਰਲੋਕੀ ਦੇ ਅੰਧਿਆਂ ਨੂੰ ਕਥਾ ਗੁੰਗਿਆਂ ਦੇ ਕੋਲੋਂ ਕਰਵਾਈ ਜਾਣੀ, ਕੌੜੇ ਰੀਠਿਆਂ ਦੇ ਵਿੱਚ ਮਿਠਾਸ ਭਰਨੀ, ਝਾੜੀ ਕਿੱਕਰਾਂ ਦੇ ਉੱਤੋਂ ਮਠਿਆਈ ਜਾਣੀ, ਗੁਲਾਮ ਦੇਸ਼ ਆਜ਼ਾਦ ਕਰਾਉਣ ਬਦਲੇ ਬਾਬਰ ਦਿਲ ਵਿੱਚ ਤੱਕੀ ਚਲਾਈ ਜਾਣੀ, ਲੋਕੀ ਝੂਠ ਪਖੰਡ ਨੂੰ ਛੱਡਦੇ ਨਾ, ਬਈ ਭਾਂਬੜ ਜ਼ੁਲਮ ਦਾ ਨਾ ਠੰਡਾ ਠਾਰ ਹੁੰਦਾ, ਪੰਛੀ ਸੱਚ ਜ਼ੁਬਾਨ ਚੋਂ ਆਖਦਾ ਜੇ ਗੁਰੂ ਨਾਨਕ ਦਾ ਨਾਂ ਅਵਤਾਰ ਹੁੰਦਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਬਾਬਤ ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਦੁਖੀ ਲੋਕਾਂ ਦਾ ਆਨ ਸੁਧਾਰ ਕੀਤਾ, ਛੱਟਾ ਨਾਮ ਦਾ ਦੇ ਕੇ ਪੀਰ ਨਾਨਕ ਬਾਗਾਂ ਵਿੱਚ ਬੁਲਬਲਾਂ ਗੀਤ ਗਾਏ, ਬੇਨਜ਼ੀਰ ਨਾਨਕ ਬੇਨਜ਼ੀਰ ਨਾਨਕ, ਤਾਂਹੀਓ ਚਰਨਾਂ ਤੇ ਝੁਕਦਾ ਹੈ ਆਲਮ ਸਾਰਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ, ਚਿੱਤ ਚਾਹੁੰਦਾ ਹੈ ਦਿਲ ਵਿੱਚ ਰਹਿ ਵਸਦੀ ਤੇਰੇ ਪਿਆਰ ਦੀ ਸੋਹਣੀ ਤਸਵੀਰ ਨਾਨਕ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਥੀਆਂ ਦੇ ਨਾਲ ਕੁੱਲ ਦੁਨੀਆਂ ਦਾ ਚੱਕਰ ਲਾਇਆ, ਇਤਿਹਾਸ ਦਾ ਨਕਸ਼ਾ ਸਾਹਮਣੇ ਰੱਖ ਕੇ ਵੇਖੀਏ ਤੇ ਅਕਲ ਦੰਗ ਰਹਿ ਜਾਂਦੀ ਹੈ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਕੋਈ ਦੁਖੀਆ ਨਜ਼ਰ ਆਇਆ, ਮੇਰੇ ਪਾਤਸ਼ਾਹ ਮਹਾਰਾਜ ਉਹਨੂੰ ਉਤਾਰਨ ਵਾਸਤੇ ਚਲੇ ਗਏ। ਜੋ ਅੱਜ ਦਾ ਮੇਰਾ ਮਜ਼ਮੂਨ ਹੈ, ਮੇਰੇ ਪਾਤਸ਼ਾਹ ਮਹਾਰਾਜ ਯੂਪੀ ਦੇ ਜੰਗਲਾਂ ਵਿੱਚ ਨੇ, ਮਰਦਾਨਾ ਤੇ ਬਾਲਾ ਮਹਾਰਾਜ ਦੇ ਸਾਥੀ ਮੇਰੇ ਨਾਲ ਨੇ, ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਸੰਗਤਾਂ ਨੂੰ ਉਤਾਰਦੇ ਤਾਰਦੇ ਸ਼ਾਮਾਂ ਪਈਆਂ, ਇੱਕ ਜੰਗਲ ਵਿੱਚ ਮੇਰੇ ਪਾਤਸ਼ਾਹ ਮਹਾਰਾਜ ਨੇ ਪੜਾ ਕੀਤਾ, ਮਰਦਾਨਾ ਥੱਕਿਆ ਸੀ, ਮਰਦਾਨਾ ਆਰਾਮ ਨਾਲ ਨੀਂਦ ਵਿੱਚ ਸੌਂ ਗਿਆ, ਸਾਰੀ ਦੁਨੀਆ ਸੁੱਤੀ ਪਈ ਹੈ, ਮੇਰੇ ਪਾਤਸ਼ਾਹ ਮਹਾਰਾਜ ਚੌਂਕਣਾ ਮਾਰਦੇ ਹੈ, ਅੱਜ ਮੇਰੇ ਪਾਤਸ਼ਾਹ ਮਹਾਰਾਜ ਦਾ ਭਗਤੀ ਵਿੱਚ ਮਨ ਨਹੀਂ ਲੱਗ ਰਿਹਾ, ਸਾਧ ਸੰਗਤ ਜੀ ਦੁਖੀਆਂ ਦੀਆਂ ਪਕਾਰਾਂ ਲੋਕਾਂ ਦੀਆਂ ਚਾਹਤਾਂ ਕੰਨਾਂ ਵਿੱਚ ਪੈ ਰਹੀਆਂ ਨੇ। ਦਿਨ ਚੜਿਆ, ਮਰਦਾਨਾ ਉੱਠਿਆ, ਅੰਮ੍ਰਿਤ ਵੇਲੇ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਮਹਾਰਾਜ ਕੀ ਹੁਕਮ ਹੈ? ਮਰਦਾਨਾ ਅੱਗੇ ਅੰਮ੍ਰਿਤ ਵੇਲੇ ਉੱਠਣਾ, ਮਹਾਰਾਜ ਨੂੰ ਪੁੱਛਣਾ, ਮਹਾਰਾਜ ਅੱਜ ਕੀ ਹੁਕਮ ਹੈ? ਤੇ ਮੇਰੇ ਪਾਤਸ਼ਾਹ ਮਹਾਰਾਜ ਨੇ ਕਹਿਣਾ, ਮਰਦਾਨਿਆ ਰਬਾਬ ਲਿਆ ਕੀਰਤਨ ਕਰੀਏ, ਪਿਆਰੇ ਦੀ ਯਾਦ ਵਿੱਚ ਜੁੜਦੇ ਹਾਂ। ਪਰ ਅੱਜ ਮੇਰੇ ਪਾਤਸ਼ਾਹ ਮਹਾਰਾਜ ਨੇ ਕੁੱਝ ਵੱਖਰਾ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਮਰਦਾਨਿਆ ਅੱਜ ਜਿਹੜਾ ਹੁਕਮ ਹੈ ਇਹ ਹੈ, ਤੂੰ ਸਾਡੇ ਤੋਂ ਵਿਸੜ ਜਾ, ਤੂੰ ਸਾਡੇ ਤੋਂ ਕਿਤੇ ਦੂਰ ਚਲਾ ਜਾ। ਮਰਦਾਨੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਅੱਖਾਂ ਵਿੱਚੋਂ ਹੰਝੂ ਆ ਗਏ। ਮਹਾਰਾਜ ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਤੁਹਾਡੇ ਤੋਂ ਦੂਰ ਚਲਾ ਜਾਵਾਂ? ਮਹਾਰਾਜ ਕਹਿਣ ਲੱਗੇ, ਮਰਦਾਨਿਆ ਅਕਾਲ ਪੁਰਖ ਦਾ ਹੁਕਮ ਹੈ। ਮੇਰੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਤੁਹਾਡੇ ਤੋਂ ਬਿਨਾਂ ਮੈਂ ਮਰ ਜਾਵਾਂਗਾ, ਤੁਹਾਡੇ ਜਿੰਨਾ ਦਿਨ ਮੈਂ ਦਰਸ਼ਨ ਨਹੀਂ ਕਰਦਾ ਮਹਾਰਾਜ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਸੱਚੇ ਪਾਤਸ਼ਾਹ ਮੈਂ ਤੁਹਾਡਾ ਰਬਾਬੀ ਮਰਦਾਨਾ, ਪਰਿਵਾਰ ਭੈਣ ਭਾਈ ਛੱਡ ਕੇ ਮੈਂ ਤੁਹਾਡੇ ਪਿਆਰ ਦਾ ਬੱਧਾ ਤੁਹਾਡੇ ਨਾਲ ਤੁਰਿਆ ਫਿਰਦਾ ਹਾਂ, ਤੁਸੀਂ ਜੰਗਲ ਵਿੱਚ ਏਡੀ ਦੂਰ ਲਿਆ ਕੇ ਅੱਜ ਮੈਨੂੰ ਕਹਿੰਦੇ ਹੋ ਮਰਦਾਨਿਆ ਕਿਤੇ ਦੂਰ ਚਲਾ ਜਾ। ਮਹਾਰਾਜ ਇਹ ਨਹੀਂ ਹੋ ਸਕਦਾ, ਤੁਹਾਡੇ ਤੋਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ। ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਅਸੀਂ ਨਹੀਂ ਤੈਨੂੰ ਕਹਿ ਰਹੇ, ਤੂੰ ਸਾਡੇ ਤੋਂ ਦੂਰ ਹੋ ਜਾ, ਇਹ ਅਕਾਲ ਪੁਰਖ ਦਾ ਹੁਕਮ ਹੈ, ਅੱਜ ਤੈਨੂੰ ਸਾਡੇ ਤੋਂ ਵਿਛੜਨਾ ਪਵੇਗਾ। ਜਿਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਚੋਦਰ ਗਾਉਂਦੇ ਆ, ਮਰਦਾਨੇ ਨੂੰ ਆਪਣੇ ਤੋਂ ਦੂਰ ਜਾਣ ਵਾਸਤੇ ਕਹਿੰਦੇ ਆ, ਉਸ ਵੇਲੇ ਦਾ ਸੀਨ ਕਵੀ ਨੇ ਕਲਮਬੰਦ ਕੀਤਾ, ਆਪ ਜੀ ਦੇ ਸਾਹਮਣੇ ਢਾਡੀ ਜਥਾ ਹੇ ਦੁਖੀਆਂ ਨੇ ਚੂਰ ਮਰਦਾਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਰਦਾਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਰਦਾਨਿਆ। ਚੱਲੇ ਆ ਨੀ ਜਾਂ
ਚਾਹੁੰਦਾ ਤੈਨੂੰ ਐਵੇਂ ਦੁੱਖਾਂ ਵਿੱਚ ਪਾਵਣਾ, ਮੈਂ ਨਹੀਂ ਚਾਹੁੰਦਾ ਤੈਨੂੰ ਐਵੇਂ ਦੁੱਖਾਂ ਵਿੱਚ ਪਾਵਣਾ, ਵਾਹਿਗੁਰੂ ਨੂੰ ਐਵੇਂ ਮਨਜ਼ੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਪੱਤੇ ਪੱਤੇ ਵਿੱਚ ਜਿਹਦਾ ਨੂਰ ਮਾਰ ਦਿੰਦਾ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰ ਦਿੰਦਾ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰ ਦਿੰਦਾ, ਖਬਰੇ ਕਿੰਨਾ ਕੁ ਚਿਰ ਵਿਛੜੇ ਹੀ ਰਹਾਂਗੇ, ਰੱਬ ਨੇ ਮਿਲਾਇਆ ਜਦੋਂ ਫਿਰ ਮਿਲ ਪਵਾਂਗੇ, ਰੱਬ ਨੇ ਮਿਲਾਇਆ ਜਦੋਂ ਫਿਰ ਮਿਲ ਪਵਾਂਗੇ, ਪੈਣਾ ਦੁੱਖ ਚੱਲਣਾ ਜ਼ਰੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਚੜ੍ਹੀ ਜਾਂਦਾ ਨਾਮ ਦਾ ਸਰੂਰ ਮਾਰ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰ ਦਨਿਆ, ਮਨਜ਼ੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਚਲਾ ਜਾ ਤੂੰ ਸਾਥੋਂ ਕਿਤੇ ਦੂਰ ਮਾਰੀ ਦਨਿਆ, ਗੁਰੂ ਕੀ ਸੰਗਤ ਵੱਲੋਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਬੇਅੰਤ ਸਤਿਕਾਰ, ਵਿਦਵਾਨਾਂ ਦੀ ਸਭਾ, ਇਹ ਨਮਾਨਾ ਜਾਂ ਢਾਡੀ ਜਥਾ, ਸਾਧ ਸੰਗਤ ਜੀ ਦੁਨੀਆਂ ਦੇ ਮਹਾਨ ਵਿਦਵਾਨ ਸਾਹਮਣੇ ਬੈਠੇ ਆ, ਤੇ ਵਿਦਵਾਨਾਂ ਦੇ ਸਾਹਮਣੇ ਗਾਉਣਾ ਬੜਾ ਔਖਾ ਹੁੰਦਾ, ਇਹਨਾਂ ਦਾ ਪਿਆਰ ਤੇ ਆਸ਼ੀਰਵਾਦ ਦੇ ਸਦਕਾ ਤੁਹਾਡੀ ਸੇਵਾ ਕਰ ਰਹੇ ਹਾਂ, ਬਹੁਤ ਹੀ ਸਤਿਕਾਰਯੋਗ ਬੂਟਾ ਸਿੰਘ ਜੀ ਔਜਲਾ ਸਾਹਿਬ, ਉਹਨਾਂ ਵੱਲੋਂ ਆਪਣੇ ਬੱਚਿਆਂ ਦਾ ਮਾਣ ਹੈ, ਮੇਰੇ ਵੱਡੇ ਵੀਰ ਅਮਨਦੀਪ ਸਿੰਘ ਜੀ ਫਰਵਾਲਾ ਜੋ ਆਪ ਬੜੇ ਵਿਦਵਾਨ ਹੈ ਉੱਚ ਕੋਟੀ ਦੇ, ਉਹਨਾਂ ਵੱਲੋਂ ਮਾਣ ਹੈ, ਪ੍ਰਦੀਪ ਸਿੰਘ ਜੀ ਪਾਂਧੀ ਸਾਹਿਬ ਸਮੂਹ ਜਥੇ ਵੱਲੋਂ ਵੀਰਾਂ ਵੱਲੋਂ ਸਤਿਕਾਰ ਹੈ, ਬਹੁਤ ਹੀ ਸਤਿਕਾਰਯੋਗ ਗਿਆਨੀ ਜਰਨੈਲ ਸਿੰਘ ਜੀ ਬੈਂਸ, ਬੜੇ ਪਿਆਰ ਵਾਲੇ ਵੀਰ ਆ, ਉਹਨਾਂ ਸਮੂਹ ਜਥੇ ਵੱਲੋਂ ਆਪਣੇ ਵੀਰਾਂ ਦਾ ਮਾਣ ਹੈ, ਮੈਂ ਕੋਟਨ ਕੋਟਵਾਰ ਸਾਰਿਆਂ ਦਾ ਧੰਨਵਾਦ ਕਰਦਾ। ਸਰਦਾਰ ਹਰਦੀਪ ਸਿੰਘ ਜੀ, ਮਹਿੰਦਰ ਸਿੰਘ ਜੀ ਮੀਰਪੁਰੀਏ ਯੂ
ਚੁੱਕੇ ਉਹਨਾਂ ਵੱਲੋਂ 100 ਲੱਖ ਦਮੜਾ ਢਾਡੀ ਜੱਥੇ ਨੂੰ ਪਿਆਰ ਆਇਆ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਜੀ ਦੇ ਮੁਬਾਰਕ ਕਰਨਾ ਵਿੱਚ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਮਨਿੰਦਰ ਸਿੰਘ ਜੀ ਜੋਹਲ ਕੈਨੇਡਾ ਵਾਲੇ ਉਹਨਾਂ ਵੱਲੋਂ $5 ਇਹ ਨਮਾਨੇ ਜੇ ਢਾਡੀ ਜੱਥੇ ਨੂੰ ਪਿਆਰ ਵਜੋਂ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਪਿਆਰੀ ਸਾਧ ਸੰਗਤ ਜੀ ਮਰਦਾਨੇ ਨੇ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਮੈਂ ਚਲਾ ਜਾਂਦਾ ਤੁਹਾਡਾ ਹੁਕਮ ਮੰਨ ਲੈਂਦਾ ਪਰ ਮਹਾਰਾਜ ਜਦੋਂ ਤੁਸੀਂ ਕੀਰਤਨ ਕਰੋਗੇ ਤਾਂ ਤੁਹਾਡੇ ਨਾਲ ਰਬਾਬ ਕੌਣ ਵਜਾਊ ਮੇਰੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਵੇਂ ਉਹਦਾ ਹੁਕਮ ਹੈ ਮਰਦਾਨੇ ਉਦਾਂ ਹੀ ਹੋਣਾ ਇਹ ਅਸੀਂ ਤੈਨੂੰ ਨਹੀਂ ਕਹਿੰਦੇ ਵੀ ਤੂੰ ਸਾਡੇ ਕੋਲੋਂ ਦੂਰ ਹੋ ਜਾ ਇਹ ਸਾਡੇ ਪਰਮਾਤਮਾ ਦਾ ਹੁਕਮ ਹੈ ਸਾਡੇ ਉੱਪਰ ਜਿਹੜਾ ਬੈਠਾ ਜਿਹਨੇ ਸਾਨੂੰ ਦੁਨੀਆਂ ਦੇ ਤਾਰਨ ਵਾਸਤੇ ਦੁਨੀਆਂ ਨੂੰ ਭੇਜਿਆ ਉਹਦਾ ਹੁਕਮ ਹੈ ਮਰਦਾਨਾ ਕਹਿਣ ਲੱਗਾ ਮਹਾਰਾਜ ਮੈਂ ਜਾਵਾਂਗਾ ਕਿੱਥੇ ਮਹਾਰਾਜ ਕਹਿੰਦੇ ਕਿੱਥੇ ਤੈਨੂੰ ਕਰਤਾਰ ਲੈ ਜਾਏ ਮਹਾਰਾਜ ਮੈਂ ਮਿਲਾਂਗੇ ਕਦੋਂ ਮਹਾਰਾਜ ਕਹਿੰਦੇ ਜਿਵੇਂ ਵਿਛੜਨ ਦਾ ਉਹਦਾ ਹੁਕਮ ਹੈ ਤੇ ਜਦੋਂ ਉਹਦਾ ਮਿਲਣ ਦਾ ਹੁਕਮ ਹੋ ਗਿਆ ਉਹਦਾ ਮਿਲ ਪਵਾਂਗੇ ਮਰਦਾਨਾ ਨਮਸਕਾਰ ਕਰਕੇ ਮਹਾਰਾਜ ਨੂੰ ਤੁਰਦਾ ਦਿਲ ਵਿੱਚ ਭੁੱਬ ਨਿਕਲਾਈ ਅੱਖਾਂ ਵਿੱਚ ਹੰਝੂ ਆ ਗਏ 10 ਸਾਲ ਮਰਦਾਨਾ ਮਹਾਰਾਜ ਤੋਂ ਵੱਡਾ ਸੀ 55 ਸਾਲ ਮਹਾਰਾਜ ਦੇ ਨਾਲ ਰਿਹਾ ਸਾਧ ਸੰਗਤ ਜੀ 1469 ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਜਨਮ ਹੁੰਦਾ 1459 ਵਿੱਚ ਮਰਦਾਨੇ ਦਾ ਜਨਮ ਹੁੰਦਾ ਮਾਤਾ ਦਾ ਨਾਂ ਲੱਖੋ ਪਿਤਾ ਦਾ ਨਾਂ ਬੱਦਰਾ ਦੋ ਪੁੱਤਰ ਨੇ ਰਜਾਦਾ ਤੇ ਸਜਾਦਾ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਪ੍ਰੇਮ ਗੂੜਾ ਸੀ ਸਮਾਂ ਇਜਾਜ਼ਤ ਨਹੀਂ ਦਿੰਦਾ ਇਹਨਾਂ ਦੇ ਪਿਆਰ ਦੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਕਰ ਸਕਦਾ ਸਾਧ ਸੰਗਤ ਜੀ ਮਰਦਾਨਾ ਤੁਰਿਆ ਤੇ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਇੱਥੇ ਬੜਾ ਸੁੰਦਰ ਲਿਖਦੇ ਆ ਉਹ ਕਹਿੰਦੇ ਮਨ ਹੁਕਮ ਮਰਦਾਨਾ ਤੁਰਿਆ ਉਜ਼ਰ ਨਾ ਕੀਤਾ ਕਾਈ ਜਿਉ ਜਿਉ ਵਿਥ ਪਵੇ ਦਿਲ ਖੁੱਸੇ ਜਾਨ ਲਵਾਂ ਤੇ ਆਈ ਵਾਰ ਕਰਕੇ ਪੁੱਠੇ ਸਿੰਦੇ ਬਿਰੋਹ ਵਾਂਗ ਕਸਾਈ ਦੁੱਖ ਦੁਨੀਆਂ ਦੇ ਸਾਰੇ ਮੰਦੇ ਪਰ ਸਭ ਤੋਂ ਬੁਰੀ ਜੁਦਾਈ ਮਰਦਾਨਾ ਔਖਾ ਹੋ ਗਿਆ ਮਰਦਾਨੇ ਨੂੰ ਸੁਹਾਰਨਾ ਪਰ ਗੁਰੂ ਮਹਾਰਾਜ ਦਾ ਹੁਕਮ ਮੰਨ ਕੇ ਮਰਦਾਨਾ ਦੂਰ ਚਲੇ ਗਿਆ ਮੇਰੇ ਪਾਤਸ਼ਾਹ ਮਹਾਰਾਜ ਇੱਥੇ ਤਾਰਨ ਆਏ ਆ ਰੋਹੇਲੇ ਪਠਾਨ ਇੱਥੇ ਰਹਿੰਦੇ ਆ ਉਹ ਜੰਗਲ ਵਿੱਚ ਸ਼ਿਕਾਰ ਖੇਡਣ ਆਉਂਦੇ ਆ ਜੇ ਕੋਈ ਬੰਦਾ ਮਿਲ ਜਾਂਦਾ ਜੇ ਕੋਈ ਔਰਤ ਮਿਲ ਜਾਂਦੀ ਜੇ ਕੋਈ ਬੱਚਾ ਮਿਲ ਜਾਂਦਾ ਉਹਨੂੰ ਬੰਦੀ ਬਣਾ ਕੇ ਲੈ ਜਾਂਦੇ ਆ ਉਹਨੂੰ ਤਿਆਰ ਕਰਕੇ ਮੰਡੀ ਵਿੱਚ ਵੇਚ ਕੇ ਉਹਦੇ ਪੈਸੇ ਵੱਟ ਕੇ ਘਰ ਦਾ ਗੁਜ਼ਾਰਾ ਕਰਦੇ ਨੇ ਤੇ ਮੇਰੇ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਸੋਧਣ ਵਾਸਤੇ ਆਏ ਮਰਦਾਨਾ ਜਦੋਂ ਮਹਾਰਾਜ ਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਸਿੱਲ ਤੇ ਬੈਠੇ ਉਹ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਗੁਰਬਾਣੀ ਦੇ ਸ਼ਬਦ ਪੜ ਰਹੇ ਆ ਇਹਨਾਂ ਨੂੰ ਇੱਕ ਰਹੇਲਾ ਪਠਾਨ ਘੋੜੇ ਤੇ ਸ਼ਿਕਾਰ ਦੀ ਤਲਾਸ਼ ਵਿੱਚ ਆਇਆ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬੈਠੇ ਇੱਥੇ ਆ ਕੇ ਵੇਖਿਆ ਉਹਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਵੀ ਹੋਰ ਵੀ ਇਹਦੇ ਨਾਲ ਦੇ ਸਾਥੀ ਹੋਣ ਪਰ ਮੇਰੇ ਪਾਤਸ਼ਾਹ ਮਹਾਰਾਜ ਇਕੱਲੇ ਬੈਠੇ ਇੱਥੇ ਇੱਕ ਕੌਤਕ ਰਤਨ ਲੱਗੇ ਆ ਉਹ ਰਹੇਲਾ ਪਠਾਨ ਘੋੜੇ ਤੋਂ ਥੱਲੇ ਉਤਰਦਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਹੱਥਾਂ ਨੂੰ ਮੁਸ਼ਕਾ ਬੰਨ ਕੇ ਜਿਵੇਂ ਬੰਦੀ ਬਣਾ ਕੇ ਆਪਣੇ ਨਾਲ ਲੈ ਕੇ ਜਾਂਦਾ ਉਸ ਵੇਲੇ ਦਾ ਸੀਨ ਢਾਡੀ ਜੱਥਾ ਆਪ ਜੀ ਦੇ ਸਾਹਮਣੇ ਹੈ ਇਹਦੇ ਬਿਨਾਂ ਕਰਦਾ ਸਤਿਗੁਰ ਨੂੰ
ਜ਼ਾਲਮ ਨਾਜ ਕਵੀ ਨੀ ਫੜ ਕੇ ਪਤਾ ਕਿਸੇ ਨੂੰ ਸੀ ਕੀ ਪਤਾ ਕਿਸੇ ਨੂੰ ਸੀ ਆਪੇ ਰੱਜ ਕੇ ਖੇਡ ਨਿਰਾਲੀ ਦੁਖੀਆਂ ਦੇ ਤਾਰਨ ਨੂੰ ਚੱਲ ਕੇ ਦੀਨ ਦੁਨੀ ਦੇ ਵਾਲੀ ਦੁਖੀਆਂ ਦੇ ਤਾਰਨ ਨੂੰ ਚੱਲ ਕੇ ਦੀਨ ਦੁਨੀ ਦੇ ਵਾਲੀ ਸੀ ਜਿਵੇਂ ਉਡੀ ਕਰਿਆ ਸੀ ਜਿਵੇਂ ਉਡੀ ਕਰਿਆ ਸੀ ਜਿਵੇਂ ਉਡੀ ਕਰਿਆ ਜ਼ਾਲਮ ਜਮਾ ਦੇ ਅੜਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਵੱਲ ਗੁਰੂ ਨਾਨਕ ਦੇ ਦਿਲ ਵਿੱਚ ਖੁਸ਼ੀ ਮਨਾਉਂਦਾ ਜਾਵੇ ਚੰਗਾ ਮੁੱਲ ਬਦਲਾਂਗੇ ਪਾਪੀ ਬਣਤ ਬਣਾਉਂਦਾ ਜਾਵੇ ਹੈ ਲਾ ਪਿਛਕਾਰ ਕਿਆ ਹੈ ਲਾ ਪਿਛਕਾਰ ਕਿਆ ਹੈ ਲਾ ਪਿਛਕਾਰ ਕਿਆ ਲੱਕਾ ਬਾਤਾ ਚਿਰ ਨਹੀਂ ਅੜਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਕਮਰੇ ਵਿੱਚ ਕਰਤਾ ਗੁੰਡਾ ਤੇ ਜਿੰਦਾ ਲਾ ਅੱਗੇ ਭਾਰਾ ਪੱਥਰ ਧਰਦਾ ਇੱਕ ਰਾਤ ਕਟਾਉਣੀਆਂ ਇੱਕ ਰਾਤ ਕਟਾਉਣੀਆਂ ਇੱਕ ਰਾਤ ਕਟਾਉਣੀਆਂ ਵੇਚਾਂਗੇ ਅਲਬੇਲੇ ਤੜਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਲੈ ਚੱਲਿਆ ਸਤਿਗੁਰ ਨੂੰ ਜ਼ਾਲਮ ਨਾਜ ਕਵੀ ਨੀ ਫੜ ਕੇ ਹੱਥ ਫੜ ਕੇ ਗੁਰਾਂ ਨੂੰ ਤੋਰ ਲਿਆ ਜਾਤਾ ਨਹੀਂ ਇਹ ਰੂਪ ਕਰਤਾਰ ਦਾ ਹੈ ਇਹ ਉਸ ਤਾਈ ਬੰਦੀ ਬਣਾਉਣ ਲੱਗਾ ਜਿਹੜਾ ਜਮਾਂ ਦੇ ਬੰਧਨ ਉਤਾਰਦਾ ਹੈ ਇਹਨੇ ਨਾਲ ਦੁਸ਼ਮਣੀ ਉਹ ਪਾਉਣ ਲੱਗਾ ਜਿਹੜਾ ਦੁਸ਼ਮਣਾਂ ਦੇ ਵੀ ਬੇੜੇ ਤਾਰਦਾ ਹੈ ਸਾਰੀ ਦੁਨੀਆਂ ਦੇ ਨਾਲੋਂ ਢੰਗ ਵੱਖਰਾ ਸੀਤਲ ਮੇਰੇ ਸਤਿਗੁਰ ਦੇ ਪ੍ਰਚਾਰਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਕੌਤਕ ਰਚਿਆ ਰੇਹਲਾ ਪਠਾਨ ਮਹਾਰਾਜ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਕੇ ਜਾਣ ਲੱਗਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਸਤਿਕਾਰ ਗੁਰੂ ਕੀ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਹੀ ਸਤਿਕਾਰਯੋਗ ਵੀਰ ਜੀ ਪਰਮਦੀਪ ਪ੍ਰਦੀਪ ਸਿੰਘ ਜੀ ਪਾਂਧੀ ਸਾਹਿਬ ਉਹਨਾਂ ਵੱਲੋਂ ਮੀਰੀ ਪੀਰੀ ਢਾਡੀ ਸਭਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ 100 ਲੱਖ ਦਮੜਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਨੂੰ ਨਮਸਕਾਰ ਆਈਆਂ ਨੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਸਰੰਗੀ ਮਾਸਟਰ ਵੀਰ ਜੀ ਬੜੇ ਪਿਆਰ ਵਾਲੇ ਆ ਉਹ ਸਮੁੱਚੇ ਜਥੇ ਨੂੰ 100 ਲੱਖ ਦਮੜਾ ਭੇਜਦੇ ਉਹਨਾਂ ਦਾ ਵੀ ਧੰਨਵਾਦ ਵਿਦਵਾਨਾਂ ਦੀ ਦੁਨੀਆਂ 'ਚ ਬਹੁਤ ਹੀ ਸਤਿਕਾਰਯੋਗ ਵੀਰ ਜੀ ਅਮਨਦੀਪ ਸਿੰਘ ਜੀ ਫਰਵਾਲਾ ਸਾਹਿਬ ਉਹਨਾਂ ਵੱਲੋਂ ਬਹੁਤ ਹੀ ਸਤਿਕਾਰਯੋਗ ਮਹਾਨ ਸਰੰਗੀ ਮਾਸਟਰ ਵੀਰ ਸਿੰਘ ਜੀ ਅਮਲੀ ਉਹਨਾਂ ਦੇ ਨਾਂ ਤੋਂ 100 ਲੱਖ ਦਾ ਮੜਾਦਰ ਕੀਤਾ ਗਿਆ ਹੈ ਉਹਨਾਂ ਦਾ ਵੀ ਧੰਨਵਾਦ ਹੈ ਜਿੰਨੀਆਂ ਸਮੱਚੀਆਂ ਸੰਗਤਾਂ ਵੱਲੋਂ ਪਿਆਰ ਹੈ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਵਾਰ ਧੰਨਵਾਦ ਹੈ ਇਹ ਰੋਹੇਲਾ ਪਛਾਣ
ਘੋੜੇ ਤੇ ਚੜ ਕੇ ਆਉਂਦਾ ਸ਼ਿਕਾਰ ਦੀ ਤਲਾਸ਼ ਦੇ ਅੰਦਰ ਹੈ। ਅੱਗੇ ਬੈਠੇ ਨੇ ਦੁਨੀਆਂ ਦੇ ਮਾਲੀ, ਦੁਨੀਆਂ ਦੇ ਮਾਲਕ, ਦੁਨੀਆਂ ਨੂੰ ਤਾਰਨ ਹਾਰੇ ਕੌਤਕ ਰੱਜ ਕੇ ਮੇਰੇ ਪਾਤਸ਼ਾਹ ਮਹਾਰਾਜ ਨੂੰ ਬੰਦੀ ਬਣਾਇਆ, ਬੰਦੀ ਬਣਾ ਕੇ ਘੋੜੇ ਤੇ ਬਿਠਾਲ ਕੇ ਆਪਣੇ ਘਰ ਲੈ ਗਿਆ। ਸ਼ਾਮਾਂ ਦਾ ਟਾਈਮ ਸੀ, ਕਹਿੰਦੇ ਕਮਰੇ ਵਿੱਚ ਬੰਦ ਕੀਤਾ, ਬੂਹਾ ਲਾਤਾ, ਕੁੰਡਾ ਲਾਤਾ, ਜ਼ੰਦਾ ਲਾਤਾ, ਫਿਰ ਵੀ ਇਤਬਾਰ ਨਾ ਆਇਆ। ਵੱਡਾ ਸਾਰਾ ਪੱਥਰ ਚੱਕ ਕੇ ਬੂਹੇ ਦੇ ਅੱਗੇ ਰੱਖਦਾ, ਕਿਤੇ ਇਹ ਨਾ ਹੋਵੇ ਰਾਤ ਨੂੰ ਖੋਲ ਕੇ ਨਿਕਲ ਹੀ ਜਾਏ ਤੇ ਕੱਲ ਨੂੰ ਵੇਚਾਂਗੇ ਕੀ। ਕਹਿੰਦੇ ਨੇ ਦਿਨ ਤੜਿਆ, ਜਿਵੇਂ ਮੰਡੀ ਲਿਜਾਣ ਤੋਂ ਪਹਿਲਾਂ ਸਾਧ ਸੰਗਤ ਜੀ ਜਿਹਨੂੰ ਵੇਚਣਾ ਹੈ ਉਹਦੀ ਤਿਆਰੀ ਕੀਤੀ ਜਾਂਦੀ ਹੈ। ਏਦਾਂ ਤਿਆਰੀ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਇਹ ਰਹਿਲਾ ਪਠਾਨ ਜਦੋਂ ਬਾਹਰ ਲੈ ਕੇ ਆਇਆ ਵਿਹੜੇ ਦੇ ਅੰਦਰ, ਤੇ ਇਹਦੀ ਘਰਵਾਲੀ ਨੇ ਤੱਕਿਆ ਸਾਧ ਸੰਗਤ ਦੀ, ਉਹਨੇ ਮਹਾਰਾਜ ਦੇ ਜਦੋਂ ਦਰਸ਼ਨ ਕੀਤੇ ਉਹਦਾ ਮਨ ਗਦਗਦ ਹੋ ਗਿਆ, ਆਨੰਦ ਹੋ ਗਿਆ। ਤੇ ਜਿਹੜੀ ਮਾਂ ਦੀ ਮਮਤਾ ਉਹਨਾਂ ਨੂੰ ਬਿਨੇ ਕਰਨਾ ਬੜਾ ਔਖਾ, ਦੁਨੀਆਂ ਉੱਪਰ ਸਾਕ ਸਾਰੇ ਸਤਿਕਾਰ ਦਿਓਗਾ, ਪਰ ਜਿਹੜਾ ਮਾਂ ਦਾ ਰਿਸ਼ਤਾ ਨਾ ਇਹ ਬੜਾ ਪਵਿੱਤਰ ਹੋਇਆ ਕਰਦਾ ਹੈ। ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਭੋਲੀ ਜਾਤ ਅਸਲ ਇੱਕ ਕਬੂਤਰਾਂ ਦੀ, ਖਚਰਾ ਪੰਛੀਆਂ 'ਚ ਨਹੀਂ ਕੋਈ ਕਾਂ ਦੇਹਾ, ਮੋਈ ਮਾਂ ਤੋਂ ਪਾਲਦਾ ਬੱਚਿਆਂ ਨੂੰ, ਦੁੱਧ ਮਿੱਠਾ ਨਹੀਂ ਜੱਗ ਤੇ ਗਾਂ ਦੇਹਾ, ਕਿਤੇ ਵਿੱਚ ਸ਼ਰੀਕਾਂ ਦੇ ਝਗੜ ਪਈਏ, ਖੂਨ ਪੰਘਰਦਾ ਨਹੀਂ ਸਕੇ ਭਰਾ ਦੇਹਾ, ਲੱਖਾਂ ਮੇਵਿਆਂ ਦੇ ਲੱਗੇ ਹੋਣ ਬੂਟੇ, ਬਈ ਮਜ਼ਾ ਆਉਂਦਾ ਨਹੀਂ ਬੋੜ ਦੀ ਛਾਂ ਦੇਹਾ, ਅਕਾਲੀ ਦਾਸ ਸਾਰੇ ਸਾਕ ਨੇ ਮਤਲਬਾਂ ਦੇ ਕੇ ਜੱਗ ਤੇ ਸਾਕ ਨਹੀਂ ਮਾਂ ਜਿਹਾ, ਇਹਨਾਂ ਦੇ ਘਰ ਔਲਾਦ ਨਹੀਂ ਸੀ। ਇਹਦੇ ਘਰ ਵਾਲੀ ਨੇ ਬੜੇ ਪਿਆਰ ਦੇ ਨਾਲ ਆਪਣੇ ਘਰ ਵਾਲੇ ਨੂੰ ਆਖਿਆ, ਤੁਸੀਂ ਬਹੁਤ ਮਾੜਾ ਕੰਮ ਕਰਦੇ ਹੋ, ਕਿਸੇ ਦੀ ਮਾਤਾ, ਕਿਸੇ ਦਾ ਭੈਣ, ਕਿਸੇ ਦਾ ਭਾਈ ਵੇਚ ਦੇਣਾ ਇਹ ਖੁਦਾ ਦੀ ਨਜ਼ਰ ਵਿੱਚ ਬਹੁਤ ਮਾੜਾ ਕੰਮ ਹੈ। ਜੇ ਤਾਂ ਚੰਗਾ ਕੰਮ ਕਰੀਏ ਤੇ ਖੁਦਾ ਰਹਿਮਤ ਵੀ ਕਰਦਾ, ਜੇ ਮਾੜਾ ਕੰਮ ਕਰੀਏ ਖੁਦਾ ਸਜ਼ਾ ਵੀ ਦਿੰਦਾ। ਕਹਿੰਦੀ ਆਪਾਂ ਨੂੰ ਮਹਾਰਾਜ ਨੇ ਕਿੰਨੀ ਵੱਡੀ ਸਜ਼ਾ ਦਿੱਤੀ, ਤੁਸੀਂ ਕਿਹੋ ਜਿਹਾ ਕਾਰੋਬਾਰ ਕਰਦੇ ਹੋ, ਕਿਹੋ ਜਿਹਾ ਧੰਦਾ ਕਰਦੇ ਹੋ, ਤੁਹਾਡੇ ਧੰਦੇ ਦੀ ਬਦੌਲਤ ਸ਼ਾਇਦ ਪਰਮਾਤਮਾ, ਉਹ ਖੁਦਾ, ਉਹ ਅੱਲਾ ਆਪਣੇ ਤੇ ਖੁਸ਼ ਨਹੀਂ, ਉਹਨੇ ਆਪਾਂ ਨੂੰ ਨਾ ਧੀ ਤੇ ਨਾ ਪੁੱਤਰ ਦਿੱਤਾ। ਮੇਰੀ ਗੋਦ ਸੁਣੀ ਹੈ, ਜਿਹੜੀ ਮਾਂ ਦਾ ਇੰਨਾ ਸੋਹਣਾ ਲਾਲ ਤੂੰ ਚੁੱਕ ਕੇ ਲਿਆਇਆ ਹੈ, ਉਹ ਅੱਜ ਸ਼ਾਮੀ ਘਰ ਨਾ ਜਦੋਂ ਗਿਆ ਹੋਵੇਗਾ ਉਹ ਮਾਂ ਦਾ ਕੀ ਹਾਲ ਹੋਇਆ ਹੋਵੇਗਾ, ਉਹ ਤਾਂ ਮਾਂ ਟੱਕਰਾਂ ਮਾਰ ਮਾਰ ਕੇ ਕੰਧਾਂ ਵਿੱਚ ਰੋਂਦੀ ਹੋਵੇਗੀ, ਉਹ ਤਾਂ ਭੈਣ ਬੂਹੇ ਵਿੱਚ ਆਪਣੇ ਭਰਾ ਦੀ ਵੇਟ ਕਰਦੀ ਹੋਵੇਗੀ, ਉਡੀਕ ਕਰਦੀ ਹੋਵੇਗੀ ਮੇਰਾ ਵੀਰ ਕਦੋਂ ਆਵੇਗਾ। ਕਹਿਣ ਲੱਗੀ ਤੁਸੀਂ ਲੱਖਾਂ ਦੁਨੀਆਂ ਦੇ ਉੱਤਰ ਬੁੜੀਆਂ ਬੰਦੇ ਲੋਕਾਂ ਦੇ ਧੀਆਂ ਪੁੱਤਰ ਵੇਚੇ ਨੇ, ਮੈਂ ਤੁਹਾਨੂੰ ਰੋਕਿਆ ਨਹੀਂ, ਇਹ ਤਾਂ ਮੈਨੂੰ ਕੋਈ ਖੁਦਾ ਦਾ ਰੂਪ ਲੱਗਦਾ ਹੈ, ਇਹ ਦੁਣਾ ਵੇਚੀ, ਜੇ ਤੂੰ ਨਹੀਂ ਵੇਚਣਾ ਚਾਹੁੰਦਾ ਮੇਰੀ ਇੱਕ ਗੱਲ ਇਸ ਧਿਆਨ ਨਾਲ ਸੁਣੋ, ਪਹਿਲੀ ਗੱਲ ਇਹ ਜਿਹੜੀ ਜਿੱਥੋਂ ਚੁੱਕ ਕੇ ਲਿਆਇਆ ਜਿਸ ਜਗ੍ਹਾ ਤੋਂ ਇਹਨੂੰ ਉੱਥੇ ਛੱਡਿਆ, ਜੇ ਮਾਂ ਤੇ ਪੁੱਤਰ ਦਾ ਮਿਲਾਪ ਹੋ ਗਿਆ, ਭੈਣ ਤੇ ਭਰਾ ਦਾ ਮਿਲਾਪ ਹੋ ਗਿਆ, ਉਹਨਾਂ ਦੇ ਮੂੰਹੋਂ ਨਿਕਲੀ ਅਸੀਸ, ਹੋ ਸਕਦਾ ਮੇਰੀ ਕੁੱਖ ਨੂੰ ਭਾਗ ਲੱਗਦਾ ਹੈ, ਮਹਾਰਾਜ ਆਪਾਂ ਨੂੰ ਵੀ ਰੰਗ ਲਿਆ ਦੇਣਾ, ਜੇ ਤੂੰ ਵਾਪਸ ਨਹੀਂ ਕਰਕੇ ਆਉਣਾ ਤੇ ਆਪਣੇ ਘਰ ਪੁੱਤਰ ਕੋਈ ਨਹੀਂ, ਧੀ ਕੋਈ ਨਹੀਂ, ਇਹ ਬਾਲਕ ਕਿੰਨਾ ਸੁੰਦਰ ਹੈ, ਇਹਨੂੰ ਮੈਂ ਗੋਦ ਵਿੱਚ ਲੈ ਕੇ ਪੁੱਤਰਾਂ ਵਾਂਗ ਪਾਲ ਲੈਂਦੀ ਹਾਂ। ਉਹਦੇ ਘਰ ਵਾਲੀ ਦਾ ਹਿਰਦਾ ਸੀ ਜਿਹੜਾ ਪਸੀਸ ਗਿਆ, ਨਾਲੇ ਉਹਦੇ ਅੱਖਾਂ ਵਿੱਚ ਪ੍ਰੇਮ ਦੇ ਹੰਝੂ ਆ, ਨਾਲੇ ਤਾਨੇ ਦਿੰਦੀ ਆ ਵੀ ਜਿਹੜੀ ਮਾਂ ਦਾ ਪੁੱਤਰ ਤੂੰ ਲਿਆਇਆ ਹੋਏਗਾ ਉਹ ਮਾਂ ਦਾ ਕੀ ਹਾਲ ਹੋਵੇਗਾ, ਉਸ ਵੇਲੇ ਦਾ ਛੰਦ ਆਪ ਜੀ ਦੇ ਸਾਹਮਣੇ ਢਾਡੀ ਜਥਾ ਹੈ ਕਰਦਾ। ਕਿਹੜੀ ਮਾਂ ਦਾ ਪੁੱਤ ਤੂੰ ਲੈ ਆਇਆ ਤੋੜ ਕੇ, ਕਿਹੜੀ ਮਾਂ ਦਾ ਪੁੱਤ ਤੂੰ ਲੈ ਆਇਆ ਤੋੜ ਕੇ, ਜਦਾਈ ਵੇ ਕਬਰ ਦੀਕਦੀ, ਪਾਦੀ ਤੂੰ ਜਦਾਈ ਵੇ ਕਬਰ ਦੀਕਦੀ, ਵਾਸਤਾ ਖੁਦਾ ਨੇ ਛੱਡਿਆ ਤੂੰ ਮੋੜ ਕੇ, ਵਾਸਤਾ ਖੁਦਾ ਨੇ ਛੱਡਿਆ ਤੂੰ ਮੋੜ ਕੇ, ਕਿਹੜੀ ਮਾਂ ਦਾ ਪੁੱਤ ਤੂੰ ਲਿਆਇਆ ਤੋੜ ਕੇ,
ਕਿਹੜੀ ਮਾਂ ਦਾ ਪੁੱਤ ਦੁਲਿਆਇਆ ਤੋੜ ਕੇ ਬਾਦਲ ਲੱਖਾਂ ਦਾ ਵੀ ਕੱਖ ਹੋ ਗਿਆ ਉਹਦੇ ਬਾਦਲ ਲੱਖਾਂ ਦਾ ਵੀ ਕੱਖ ਹੋ ਗਿਆ ਜਿਹੜੀ ਭੈਣ ਨਾਲ ਭਾਈ ਵੱਖ ਹੋ ਗਿਆ ਜਿਹੜੀ ਭੈਣ ਨਾਲ ਭਾਈ ਵੱਖ ਹੋ ਗਿਆ ਰੱਖ ਦਿੱਤੀ ਕੀਤੀ ਕਮਰ ਤੋੜ ਕੇ ਰੱਖ ਦਿੱਤੀ ਕੀਤੀ ਕਮਰ ਤੋੜ ਕੇ ਕਿਹੜੀ ਮਾਂ ਦਾ ਪੁੱਤ ਦੁਲਿਆਇਆ ਤੋੜ ਕੇ ਕਿਹੜੀ ਮਾਂ ਦਾ ਪੁੱਤ ਦੁਲਿਆਇਆ ਤੋੜ ਕੇ ਕਿਹੜੇ ਪਿਓ ਦੇ ਘਰ ਪੈ ਗਿਆ ਹਨੇਰਵੇ ਕਿਹੜੇ ਪਿਓ ਦੇ ਘਰ ਪੈ ਗਿਆ ਹਨੇਰਵੇ ਜਿਹਦੇ ਚੱਜ ਫੁੱਲ ਰੱਖਦਾ ਮਰੋੜ ਕੇ ਜਿਹਦੇ ਚੱਜ ਫੁੱਲ ਰੱਖਦਾ ਮਰੋੜ ਕੇ ਕਿਹੜੀ ਮਾਂ ਦਾ ਪੁੱਤ ਦੁਲਿਆਇਆ ਤੋੜ ਕੇ ਕਿਹੜੀ ਮਾਂ ਦਾ ਪੁੱਤ ਦੁਲਿਆਇਆ ਤੋੜ ਕੇ ਚੰਦਰੀ ਨੂੰ ਨੀਂਦ ਆਊਗੀ ਦੱਸ ਕਿਵੇਂ ਚੰਦਰੀ ਨੂੰ ਨੀਂਦ ਆਊਗੀ ਆਇਆ ਅੱਲ ਪਹਿਲੇ ਜਿਹਦੀ ਬੇੜੀ ਰੋੜ ਕੇ ਆਇਆ ਅੱਲ ਪਹਿਲੇ ਜਿਹਦੀ ਬੇੜੀ ਰੋੜ ਕੇ ਕਿਹੜੀ ਮਾਂ ਦਾ ਪੁੱਤ ਤੂੰ ਲੈ ਆਇਆ ਤੋੜ ਕੇ ਕਿਹੜੀ ਮਾਂ ਦਾ ਪੁੱਤ ਤੂੰ ਲੈ ਆਇਆ ਤੋੜ ਕੇ ਕਿਹੜੀ ਮਾਂ ਦਾ ਪੁੱਤ ਤੂੰ ਲੈ ਆਇਆ ਤੋੜ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਵੱਲ ਵੇਖ ਕੇ ਉਹ ਪਠਾਣੀ ਨੇ ਬੜੇ ਤਰਲੇ ਪਾਏ ਵੀ ਜਿਹੜੀ ਮਾਂ ਦਾ ਪੁੱਤਰ ਤੂੰ ਲੈ ਕੇ ਆਇਆ ਉਹਨੂੰ ਵਾਪਸ ਕਰਿਆ ਜੇ ਮਾਂ ਦੀ ਅਸੀਸ ਬੇੜਾ ਤਾਰ ਦਿੰਦੀ ਹੈ ਤੇ ਮਾਂ ਦੀ ਵੱਧ ਅਸੀਸ ਬੇੜਾ ਰੋੜ ਵੀ ਦਿੰਦੀ ਹੈ ਗੁਰੂ ਪਿਆਰੀ ਸਤ ਸੰਗਤ ਜੀ ਬੜਾ ਸਮਝਾਇਆ ਪਰ ਲਾਲਚੀ ਬੰਦੇ ਦਾ ਜਿਹੜਾ ਮਨ ਹੁੰਦਾ ਉਹ ਛੇਤੀ ਸਮਝਦਾ ਨਹੀਂ ਇਹਦਾ ਮਨ ਨਾ ਮੰਨਿਆ ਇਹਨੇ ਗੁਰੂ ਮਹਾਰਾਜ ਨੂੰ ਘੋੜੇ ਉੱਪਰ ਬਿਠਾਇਆ ਤੇ ਜਿੱਥੇ ਬੰਦਿਆਂ ਦੀ ਮੰਡੀ ਲੱਗਦੀ ਜਿਵੇਂ ਆਮ ਪਸ਼ੂਆਂ ਦੀ ਮੰਡੀਆਂ ਆਪਾਂ ਲੱਗਦੀਆਂ ਵੇਖਦੇ ਹਾਂ ਉਹਨਾਂ ਦੇ ਮੁੱਲ ਪੈਂਦੇ ਆ ਵਪਾਰ ਹੁੰਦੇ ਆ ਪੈਸੇ ਦੇ ਕੇ ਲੋਕੀ ਖਰੀਦ ਕੇ ਲੈ ਜਾਂਦੇ ਆ ਉਹਨਾਂ ਸਮਿਆਂ ਅੰਦਰ ਉੱਥੇ ਬੰਦਿਆਂ ਦੀਆਂ ਮੰਡੀਆਂ ਲੱਗਦੀਆਂ ਸੀ ਸਤ ਸੰਗਤ ਜੀ ਬੜੇ ਲੋਕ ਉੱਥੇ ਵਰਲਾਪ ਕਰ ਰਹੇ ਆ ਟੱਬਰਾਂ ਦੇ ਟੱਬਰ ਚੱਕ ਲਿਆਉਣੇ ਭੈਣ ਕਿਤੇ ਵੇਚਦੇ ਨੀ ਮਾਂ ਕਿਤੇ ਵੇਚਦੇ ਨੀ ਪਿਓ ਨੂੰ ਕਿਤੇ ਵੇਚਦੇ ਨਾ ਪੁੱਤਰ ਨੂੰ ਕਿਤੇ ਵੇਚਦੇ ਨਾ ਜਿਉਂਦਿਆਂ ਜੀਵ ਛੋੜ ਦੇਣਾ ਫਿਰ ਜਿਹਨੇ ਖਰੀਦ ਕੇ ਲਿਜਾਣਾ ਉਹਨੇ ਗੁਲਾਮ ਬਣਾ ਲੈਣਾ ਕੰਮ ਕਰਵਾਉਣਾ ਜੇ ਗੁਲਾਮ ਬਣ ਕੇ ਕਿਸੇ ਨੇ ਕੰਮ ਕਰ ਨਾ ਕਰਨਾ ਇੱਕ ਜੇਲ੍ਹ ਬਣਾਈ ਸੀ ਜਿਹਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾਂਦੇ ਸੀ ਗੁਰੂ ਪਿਆਰੀ ਸਤ ਸੰਗਤ ਜੀ ਹੁਣ ਪਠਾਨ ਗੁਰੂ ਮਹਾਰਾਜ ਨੂੰ ਲੈ ਕੇ ਮੰਡੀ ਦੇ ਅੰਦਰ ਚਲੇ ਗਿਆ ਉੱਥੇ ਮੇਰੇ ਪਾਤਸ਼ਾਹ ਮਹਾਰਾਜ ਨੂੰ ਇੱਕ ਉੱਚੇ ਪੱਥਰ ਤੇ ਖਿਲਾਰਿਆ ਜਿੱਥੇ ਲੋਕਾਂ ਦੀਆਂ ਬੋਲੀਆਂ ਲੱਗ ਰਹੀਆਂ ਅੱਜ ਦੀਨ ਦੁਨੀਆਂ ਦੇ ਵੱਲ ਹੀ ਸਤਿਗੁਰ ਦਾ ਵੀ ਮੁੱਲ ਪੈ ਰਿਹਾ ਸਤ ਸੰਗਤ ਜੀ ਦੁਨੀਆਂ ਉੱਪਰ ਬੜੀਆਂ ਚੀਜ਼ਾਂ ਵਿਕ ਜਾਂਦੀਆਂ ਇਮਾਨ ਵਿਕ ਜਾਂਦਾ ਲੋਕਾਂ ਦੇ ਘਰ ਬਾਰ ਜਾਇਦਾਦਾਂ ਵਿਕ ਜਾਂਦੀਆਂ ਬੜਾ ਕੁਝ ਵਿਕ ਜਾਂਦਾ ਪਰ ਪਹਿਲੀ ਵਾਰ ਤੱਕਿਆ ਦੁਨੀਆਂ ਨੂੰ ਤਾਰਨ ਆਇਆ ਆਪ ਰੱਬ ਮੰਡੀਆਂ ਦੇ ਵਿੱਚ ਵਿਕ ਰਿਹਾ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਬੜਾ ਪਿਆਰਾ ਲਿਖਦੇ ਆ ਉਹ ਕਹਿੰਦੇ ਤਾਜ ਤੇਗ ਦੀਆਂ ਧਾਰਾਂ ਉੱਤੇ ਸੌ ਸੌ ਵਾਰੀ ਵਿਕਿਆ ਵਿਕਿਆ ਮਿਸਰ ਮਜ਼ਾਰਾ ਅੰਦਰ ਹੁਸਨ ਬੋਲਣਾ ਤੱਕਿਆ ਵਿਕਿਆ ਕੱਚਿਆਂ ਘੜਿਆਂ ਉੱਤੇ ਪ੍ਰੇਮ ਕਦੇ ਨਹੀਂ ਚੁੱਕਿਆ ਸੀਤਲ ਦੀ ਨਾਲ ਅੱਖਾਂ ਦੇ ਮੈਂ ਰੱਬ ਵਿਕਦਾ ਵੀ ਤੱਕਿਆ ਸਤ ਸੰਗਤ ਜੀ ਦੁਨੀਆਂ ਦਾ ਭਲਾ ਕਰਨ ਖਾਤਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਵੇਖੋ ਜਿੱਥੇ ਲੋਕਾਂ ਦੀਆਂ ਮੰਡੀਆਂ ਲੱਗਦੀਆਂ ਮਹਾਰਾਜ ਆਪ ਖੜੇ ਮਹਾਰਾਜ ਦਾ ਮੁੱਲ ਪਿਆ ਦੋ ਘੋੜੇ ਇੱਕ ਪਠਾਨ ਮਹਾਰਾਜ ਨੂੰ ਦੋ ਘੋੜੇ ਖਰੀਦ ਕੇ ਆਪਣੇ ਨਾਲ ਲੈ ਗਿਆ ਜਿੱਥੋਂ ਦਾ ਪ੍ਰਸੰਗ ਤੁਹਾਡੀ ਕਿਰਪਾ ਦੇ ਨਾਲ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਤਕਰੀਬਨ ਪੰਜ ਵਾਰ
ਇਹ ਨਮਾਣਾ ਦਾ ਢਾਡੀ ਜੱਥਾ ਉੱਥੇ ਹਾਜ਼ਰੀ ਭਰ ਚੁੱਕਾ ਹੈ ਤੁਹਾਡੀ ਕਿਰਪਾ ਦੇ ਨਾਲ। ਨਾਨਕਪੁਰੀ ਟਾਂਡਾ ਜਿੱਥੇ ਮਹਾਰਾਜ ਵਿਖੇ ਉੱਥੇ ਵੀ ਗੁਰਦੁਆਰਾ ਸਾਹਿਬ ਹੈ, ਜਿੱਥੇ ਮਹਾਰਾਜ ਨੇ ਕੌਤਕ ਰਚਾਏ ਉੱਥੇ ਵੀ ਗੁਰਦੁਆਰਾ ਸਾਹਿਬ ਹੈ। ਪੰਜ ਵਾਰ ਇਹ ਨਮਾਣਾ ਦਾ ਢਾਡੀ ਜੱਥਾ ਉੱਥੇ ਹਾਜ਼ਰੀ ਭਰ ਕੇ ਆਇਆ। ਗੁਰੂ ਪਿਆਰੀ ਸਾਧ ਸੰਗਤ ਦੀ ਇੱਕ ਪਠਾਨ, ਉੱਥੋਂ ਦਾ ਜਿਹੜਾ ਅਮੀਰ, ਜਿਹੜਾ ਸਭ ਤੋਂ ਅਮੀਰ ਹੈ, ਉਹ ਮਹਾਰਾਜ ਨੂੰ 2 ਘੋੜੇ ਖਰੀਦ ਕੇ ਤੇ ਆਪਣੇ ਨਾਲ ਲੈ ਗਿਆ। ਸ਼ਾਮਾਂ ਨੂੰ ਮਹਾਰਾਜ ਦੇ ਆਪਣੇ ਘਰ ਲੈ ਕੇ ਗਿਆ। ਮਹਾਰਾਜ ਨੂੰ ਕਹਿੰਦਾ, ਤੂੰ ਮੇਰਾ ਗੁਲਾਮ ਆ, ਜਿਹੜਾ ਵੀ ਮੇਰਾ ਕੰਮ ਮੈਂ ਤੈਨੂੰ ਕਹਾਂ, ਤੂੰ ਮੇਰੇ ਇੱਕ ਆਖੇ ਲੱਗ ਕੇ ਉਹ ਸਾਰੇ ਕੰਮ ਕਰਨੇ ਆ। ਸਾਧ ਸੰਗਤ ਦੀ ਰਾਤ ਗੁਜ਼ਰੀ, ਦਿਨ ਚੜਿਆ। ਜਦੋਂ ਦਿਨ ਚੜਿਆ ਤੇ ਉਹ ਜਿਹੜਾ ਅਮੀਰ ਸੀ ਉਹਨੇ ਨਹਾਉਣਾ ਸੀ, ਉਹਨੇ ਮਹਾਰਾਜ ਨੂੰ ਬੁਲਾਇਆ ਕੋਲ। ਕੋਲ ਬੁਲਾ ਕੇ ਕਹਿਣ ਲੱਗਾ, ਉਹ ਗੁੱਠ ਵਿੱਚ ਗਾਗਰ ਪਈ ਹੈ ਪਾਣੀ ਵਾਲੀ, ਜਾ ਕਿਸੇ ਖੂਹ ਤੋਂ ਪਾਣੀ ਭਰ ਕੇ ਲੈ ਕੇ ਆ, ਉਹ ਪਾਣੀ ਜਿਹੜਾ ਤੂੰ ਲਿਆਵੇਂਗਾ ਉਹਦੇ ਨਾਲ ਮੈਂ ਨਹਾਉਣਾ। ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਇੱਕ ਕੌਤਕ ਰਚਾਉਂਦੇ, ਜਦੋਂ ਮਹਾਰਾਜ ਨੇ ਗਾਗਰ ਚੁੱਕੀ, ਧਰਤੀ ਡੋਲ ਗਈ, ਅੰਬਰ ਕੰਬ ਉੱਠਿਆ, ਪਾਣੀ ਨੂੰ ਫਿਕਰ ਪੈ ਗਿਆ, ਦੁਨੀਆਂ ਦੇ ਵਾਲੀ ਦੇ ਸਿਰ ਤੇ ਮੈਂ ਟਿਕੂੰਗਾ ਕਿਵੇਂ। ਜਿਵੇਂ ਉੱਥੇ ਇੱਕ ਅਚੰਭਾ ਕੌਤਕ ਹੋਇਆ, ਉਸ ਵੇਲੇ ਦੇ ਵਾਤਾਵਰਨ ਨੂੰ ਕਵੀ ਨੇ ਕਲਮਬੰਦ ਕੀਤਾ ਹੈ। ਉਹਨਾਂ ਲਾਈਨਾਂ ਨੂੰ ਤਰਜਮਾਨੀ ਕਰਕੇ ਢਾਡੀ ਸਾਥੀ ਜੋਰਾਵਰ ਸਿੰਘ ਖਾਲਸਾ, ਢਾਡੀ ਸਾਥੀ ਯਾਦਵਿੰਦਰ ਸਿੰਘ ਹੀਰਾ, ਸਰੰਗੀ ਵਾਦਕ ਜਗਪ੍ਰੀਤ ਸਿੰਘ ਖਾਲਸਾ, ਦਾਸ ਰਾਜਵਿੰਦਰ ਸਿੰਘ ਖਾਲਸਾ ਮਹਿਤਪੁਰ ਵਾਲਾ, ਢਾਡੀ ਜੱਥਾ ਆਪ ਜੀ ਦੇ ਸਾਹਮਣੇ ਹੇ ਗਾਗਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ, ਚੁੱਕ ਕੇ ਸਿਰ ਤੇ ਗਾਗਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ, ਚੁੱਕ ਕੇ ਸਿਰ ਤੇ ਗਾਗਰ ਧਰ ਲਈ। ਸਤਮੀਰ ਨੇ ਹੁਕਮ ਸੁਣਾਇਆ, ਕਹਿੰਦਾ ਮੇਰੇ ਨਾਉਣ ਲਈ, ਕਹਿੰਦਾ ਮੇਰੇ ਨਾਉਣ ਲਈ ਤੋਰ ਦਿੱਤੇ ਸੀ ਸਤਿਗੁਰੁ ਨਾਨਕ, ਤੋਰ ਦਿੱਤੇ ਸੀ ਸਤਿਗੁਰੁ ਨਾਨਕ ਖੂਹ ਤੋਂ ਪਾਣੀ ਲਿਆਉਣ ਲਈ, ਖੂਹ ਤੋਂ ਪਾਣੀ ਲਿਆਉਣ ਲਈ। ਸਤ ਬਚਨ ਕਹਿ ਹੁਕਮ ਸੁਣ ਲਿਆ, ਸਤ ਬਚਨ ਕਹਿ ਹੁਕਮ ਸੁਣ ਲਿਆ, ਸੂਰਤ ਭੋਲੀ ਭਾਲੀ ਨੇ ਚੁੱਕ ਕੇ ਸਿਰ ਤੇ ਕਾਕਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ, ਚੁੱਕ ਕੇ ਸਿਰ ਤੇ ਕਾਕਰ ਧਰ ਲਈ। ਠੰਡਾ ਕਰਨ ਲਈ, ਇਕਦਮ ਠੰਡਾ ਕਰਨ ਲਈ ਰੱਬ ਦਾ ਚਾਕਰ ਹੋਣਾ ਪੈਂਦਾ, ਰੱਬ ਦਾ ਚਾਕਰ ਹੋਣਾ ਪੈਂਦਾ ਦੁਖੀਆਂ ਦੇ ਦੁੱਖ ਹਰਨ ਲਈ, ਦੁਖੀਆਂ ਦੇ ਦੁੱਖ ਹਰਨ ਲਈ। ਦੇਖ ਜਗਤ ਦਾ ਬਾਗੀ ਉਜੜਦਾ, ਦੇਖ ਜਗਤ ਦਾ ਬਾਗੀ ਉਜੜਦਾ, ਹੌਂਕਾ ਭਰਿਆ ਮਾਲੀ ਨੇ ਚੁੱਕ ਕੇ ਸਿਰ ਤੇ ਕਾਕਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ, ਚੁੱਕ ਕੇ ਸਿਰ ਤੇ ਕਾਕਰ ਧਰ ਲਈ।
ਜੁਗਰ ਜੁਗ ਕੇ ਮੁੜੇ ਬਿਜਾੜੀ ਦੈਬ ਵੇਖ ਕੇ ਨੀਰ ਤਾਈ ਦੈਬ ਵੇਖ ਕੇ ਨੀਰ ਤਾਈ ਸਤਿਗੁਰੂ ਦੇ ਸਿਰ ਕਿਵੇਂ ਟਿਕੇਗਾ ਸਤਿਗੁਰੂ ਦੇ ਸਿਰ ਕਿਵੇਂ ਟਿਕੇਗਾ ਫਿਕਰ ਪੈ ਗਿਆ ਪਾਣੀ ਨੂੰ ਫਿਕਰ ਪੈ ਗਿਆ ਪਾਣੀ ਨੂੰ ਚੋਕੀਲ ਬੇਲੇ ਸਿਜਦਾ ਕਰ ਦੇ ਚੋਕੀਲ ਬੇਲੇ ਸਿਜਦਾ ਕਰ ਦੇ ਪੱਤ ਟਹਿਣੀਆਂ ਡਾਲੀ ਨੂੰ ਚੁੱਕ ਕੇ ਸਿਰ ਤੇ ਕਾਕਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ ਚੁੱਕ ਕੇ ਸਿਰ ਤੇ ਕਾਕਰ ਧਰ ਲਈ ਦੀਨ ਦੁਨੀਆ ਦੇ ਵਾਲੀ ਨੇ ਚੁੱਕ ਕੇ ਸਿਰ ਤੇ ਕਾਕਰ ਧਰ ਲਈ ਹੋ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਖਰੀਦਿਆ ਸੀ ਮਹਾਰਾਜ ਨੇ ਉਹਦਾ ਹੁਕਮ ਮੰਨਿਆ ਗਾਗਰ ਲਈ ਤੇ ਪਾਣੀ ਵਾਸਤੇ ਤੁਰ ਪਏ ਕੁਦਰਤ ਨੂੰ ਫਿਕਰ ਪੈ ਗਿਆ ਵੀ ਹੁਣ ਕੀ ਬਣੇਗਾ ਮਹਾਰਾਜ ਜਿੱਥੇ ਜਾਣ ਉੱਥੇ ਹੀ ਪਾਣੀ ਗਾਇਬ ਜਿੱਥੇ ਮਹਾਰਾਜ ਜਾਣ ਉੱਥੇ ਹੀ ਪਾਣੀ ਗਾਇਬ ਹੈ ਸਾਧ ਸੰਗਤ ਜੀ ਚਾਰ ਸਫੇਰੇ ਹਾਹਾਕਾਰ ਮਚ ਗਈ ਉੱਥੇ ਲਾਗੇ ਇੱਕ ਜੇਲ੍ਹ ਸੀ ਜਿਹਦੇ ਵਿੱਚ ਗੁਰੂ ਨਾਨਕ ਨਾਮ ਲਿਵੇ ਇੱਕ ਬੜਾ ਪਿਆਰਾ ਸਿੱਖ ਜਿਹਦਾ ਨਾਮ ਭਾਈ ਹਰਾ ਜੀ ਕਰਕੇ ਇਤਿਹਾਸ ਵਿੱਚ ਆਉਂਦਾ ਉਹ ਵੀ ਜੇਲ੍ਹ ਵਿੱਚ ਮਹਾਰਾਜ ਨੂੰ ਦੋ ਟਾਈਮ ਅਰਦਾਸਾਂ ਕਰਦਾ ਮਹਾਰਾਜ ਮੇਰੇ ਬੰਧਨ ਕੱਟੋ ਮੈਨੂੰ ਸੱਚੇ ਪਾਤਸ਼ਾਹ ਮਹਾਰਾਜ ਇਹ ਜੰਜਾਲ ਤੋਂ ਛੁਡਾਓ ਮੇਰੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਵੀ ਤਾਰਨਾ ਸੀ ਮੇਰੇ ਪਾਤਸ਼ਾਹ ਮਹਾਰਾਜ ਪਾਣੀ ਲੈਣ ਗਏ ਪਾਣੀ ਕਿੱਥੋਂ ਮਿਲਿਆ ਨਾ ਜਦੋਂ ਚਾਰ ਸਫੇਰੇ ਹਾਹਾਕਾਰ ਮਚ ਗਈ ਲੋਕਾਂ ਨੇ ਸਾਧ ਸੰਗਤ ਦੀ ਚਾਰ ਸਫੇਰੇ ਹਾਲ ਮੁਤਾਰ ਪਚਾਈ ਖੁਦਾ ਦੀਆਂ ਮਸੀਤਾਂ ਵਿੱਚ ਜਾ ਕੇ ਕਿਹਾ ਸੱਚੇ ਪਾਤਸ਼ਾਹ ਕੀ ਕਰੋਪੀ ਹੋ ਗਈ ਕੀ ਭੁੱਲਣਾ ਹੋ ਗਈ ਜੋ ਪਾਣੀ ਚਾਰੇ ਪਾਸੇ ਗਾਇਬ ਹੋ ਗਿਆ ਸਾਧ ਸੰਗਤ ਜੀ ਕਿਸੇ ਨੇ ਦੱਸਿਆ ਵੀ ਜਿਹੜੇ ਮਨੁੱਖ ਨੂੰ ਤੁਸੀਂ ਪਾਣੀ ਲੈਣ ਵਾਸਤੇ ਭੇਜਿਆ ਮੈਂ ਆਪਣੀ ਅੱਖਾਂ ਦੇ ਨਾਲ ਤੱਕਿਆ ਜਿਹੜੀ ਗਾਗਰ ਵਾਲੀ ਪਾਣੀ ਉਹਦੇ ਸਿਰ ਤੇ ਟਿਕਦੀ ਨਹੀਂ ਡੇਢ ਫੁੱਟ ਉੱਚੀ ਉੱਡੀ ਫਿਰਦੀ ਹੈ ਸਾਧ ਸੰਗਤ ਜਦੋਂ ਇਹ ਕੌਤਕ ਉਹਨਾਂ ਲੋਕਾਂ ਨੇ ਵੇਖਿਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਏ ਮੇਰੇ ਪਾਤਸ਼ਾਹ ਮਹਾਰਾਜ ਤੋਂ ਮਾਫੀਆਂ ਮੰਗਣ ਲੱਗੇ ਮੇਰੇ ਪਾਤਸ਼ਾਹ ਮਹਾਰਾਜ ਨੇ ਕਿਹਾ ਜੇ ਖੁਦਾ ਨੂੰ ਪਿਆਰ ਕਰਨਾ ਹੈ ਤੇ ਜਿਹੜੀ ਖੁਦਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ ਇਹਨੂੰ ਵੀ ਪਿਆਰ ਕਰਨਾ ਪੈਣਾ ਹੈ ਸਾਧ ਸੰਗਤ ਜੀ ਜੇ ਮਨੁੱਖ ਦੁਨੀਆਂ ਤੋਂ ਨਫ਼ਰਤ ਕਰਦਾ ਤੇ ਇਹ ਚਾਹੁੰਦਾ ਮੈਨੂੰ ਰੱਬ ਮਿਲ ਜਾਏ ਮਹਾਰਾਜ ਕਹਿੰਦੇ ਫਿਰ ਵੀ ਗੱਲ ਨਹੀਂ ਬਣਦੀ ਇਹ ਸਾਰੀ ਸ੍ਰਿਸ਼ਟੀ ਉਹਦੀ ਸਾਜੀ ਹੈ ਜੇ ਸ੍ਰਿਸ਼ਟੀ ਨੂੰ ਪਿਆਰ ਕਰੇਗਾ ਤੇ ਪਰਮਾਤਮਾ ਦੇ ਨਾਲ ਪਿਆਰ ਹੋ ਜਾਏਗਾ ਕਿਉਂਕਿ ਜ਼ਰਰੇ ਜ਼ਰਰੇ ਵਿੱਚ ਉਹਦਾ ਜ਼ਹੂਰ ਹੈ ਇੱਕ ਉਰਦੂ ਦੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਹਯਾ ਪਿਤਨਾ ਕਿ ਜ਼ਰਰੇ ਜ਼ਰਰੇ ਮੈਂ ਉਸਕਾ ਜ਼ਹੂਰ ਉਹ ਕਹਿੰਦਾ ਅੱਲਾਹ ਤਾਲਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਕਣ ਕਣ ਵਿੱਚ ਵੀ ਵਸਦਾ ਅਗਲੀ ਪੰਕਤੀ ਨੇ ਬੜੀ ਕਮਾਲ ਦੀ ਆਖੀ ਕਹਿੰਦਾ ਲੇਕਿਨ ਹਯਾ ਪਿਤਨਾ ਕਿ ਨਜ਼ਰ ਵੀ ਕਿਸੇ ਕੋ ਆਤਾ ਨਹੀਂ ਕਹਿੰਦਾ ਲੇਕਿਨ ਮਹਾਰਾਜ ਪਰਦੇਦਾਰ ਵੀ ਨਾ ਕਿਸੇ ਨੂੰ ਦੀਦਾ ਵੀ ਨਹੀਂ ਸਾਧ ਸੰਗਤ ਜੀ ਜਿਹੜਾ ਕੋਸ਼ਿਸ਼ ਕਰਦਾ ਉਹਨੂੰ ਦੀਦਾਰੇ ਹੋ ਜਾਂਦੇ ਆ ਕੋਈ ਐਸੀ ਗੱਲ ਨਹੀਂ ਹਰੇਕ ਕੰਮ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੰਪੂਰਨ ਹੋ ਜਾਇਆ ਕਰਦੇ ਨੇ ਇੰਨੀ ਕੁ ਹਾਜ਼ਰੀ ਇਹ ਨਮਾਨੇ ਜੇ ਢਾਡੀ ਜਥੇ ਦੀ ਪ੍ਰਵਾਨ ਕਰਨੀ ਸਾਧ ਸੰਗਤ ਜੀ ਅਨਜਾਨ ਬੱਚੇ ਆ ਬੇਅੰਤ ਗਲਤੀਆਂ ਇਤਿਹਾਸ ਦੇ ਪੰਨੇ ਫੋਲਦਿਆਂ ਗੁਰੂ ਮਹਾਰਾਜ ਦੇ ਘਰ ਦੀ ਗੱਲ ਕਰਦਿਆਂ ਵਿਚਾਰਾਂ ਕਰਦਿਆਂ ਕਰਕੇ ਹੋਵਾਂਗੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਗੁਰੂ ਮਹਾਰਾਜ ਗੁਰੂ ਕੀ ਸੰਗਤ ਬੜੀ ਬੇਅੰਤ ਹੈ ਸਾਧ ਸੰਗਤ ਜੀ ਅਸੀਸ ਬਖਸ਼ਿਓ ਜਿੰਨਾ ਚਿਰ ਵੀ ਜੀਏ ਗੁਰੂ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਰਹੀਏ ਸਾਰੀਆਂ ਸੰਗਤਾਂ ਦਾ ਗੁਰੂ ਮਹਾਰਾਜ ਦਾ ਧੰਨਵਾਦ ਡੀ ਟੀ ਵੀ ਪੰਜਾਬੀ ਵਾਲੇ ਵੀਰ ਇਹਨਾਂ ਦਾ ਵੀ ਧੰਨਵਾਦ ਬਹੁਤ ਹੀ ਸਤਿਕਾਰਯੋਗ ਬੂਟਾ ਸਿੰਘ ਜੀ ਔਜਲਾ ਸਾਹਿਬ ਅਮਨਦੀਪ ਸਿੰਘ ਜੀ ਫਰਵਾਲਾ ਸਾਹਿਬ ਪਰਦੀਪ ਸਿੰਘ ਜੀ ਪਾਂਧੀ ਸਾਹਿਬ ਬੈਂਸ ਸਾਹਿਬ ਸਾਰੇ ਵੀਰਾਂ ਨੇ ਰਲ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਇਹ ਢਾਡੀ ਦਰਬਾਰ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਇਹ ਢਾਡੀ ਦਰਬਾਰ ਦੀ ਚੜ੍ਹਦੀ ਕਲਾ ਦੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਔਰ ਇਹ ਵੀ ਅਰਦਾਸ ਹੈ ਮਹਾਰਾਜ ਸਾਨੂੰ ਸਾਡੇ ਸਾਰੇ ਵੀਰਿਆਂ ਨੂੰ ਏਕਤਾ ਛਪਾਕ ਦੇ ਪਿਆਰ ਬਖਸ਼ੀ ਉਦਮ ਬਖਸ਼ੀ ਬਲ ਬਖਸ਼ੀ ਤੇਰੇ ਘਰ ਦੀ ਸੇਵਾ ਕਰਦੇ ਰਹੀਏ ਆਉਣ ਵਾਲਾ ਸਮਾਂ ਬਹੁਤ ਹੀ ਸਤਿਕਾਰਯੋਗ ਹੈ ਅਮਨਦੀਪ ਸਿੰਘ ਜੀ ਫਰਵਾਲਾ ਸਾਹਿਬ ਆਪ ਜੀ ਨੂੰ ਦੱਸਣਗੇ ਉਹ ਸਮਾਂ ਆਉਂਦਾ ਨਹੀਂ ਜੋ ਹੱਥੋਂ ਗਵਾਚ ਗਿਆ ਉਹ ਜੋਬਨ ਮੁੜਦਾ ਨਹੀਂ ਜੋ ਪੱਤਰੇ ਵਾਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਕਦੇ ਮੁੜ ਕੇ ਆਉਂਦੇ ਨਹੀਂ ਇਹ ਦਾਣੇ ਕਹਿ ਗਏ ਨੇ ਵੰਗ ਦੇ ਕੱਚ ਨਾਲੋ ਕੱਚੀ ਰੱਬ ਨੇ ਦੁਨੀਆ ਸਾਜੀ ਪਤਾ ਨਹੀਂ ਕਿਸ ਵੇਲੇ ਪੁੱਠੀ ਪੈਣੀ ਇਹ ਜ਼ਿੰਦਗੀ ਦੀ ਬਾਜ਼ੀ ਜਿਉਂਦੇ ਰਹੇ ਫਿਰ ਮਿਲਾਂਗੇ ਨਹੀਂ ਤੇ ਰੱਬ ਰਾਜੀ ਹੰਸ ਮਮੋਲੇ ਤਿੱਤਾ ਤਲੀਅਰ ਬਈ ਮੋਰਾਂ ਦੇ ਸੰਗ ਰਲੀਏ ਬੁਲਬੁਲ ਕੋਇਲ ਕੋਇਲ ਨੂੰ ਆਖੇ ਨੀ ਪ੍ਰੇਮ ਲੱਗਣ ਵਿੱਚ ਚਲੀਏ ਇਸ ਜੀਵਨ ਦੇ ਖੇੜੇ ਵਿੱਚੋਂ ਮਹਿਕ ਲਟਾਉਂਦੇ ਰਹੀਏ ਆਸਾਂ ਫਿਰ ਮਿਲਣ ਦੀਆਂ ਲੈ ਕੇ ਚੱਲ ਪੰਛੀ ਉੱਡ ਚਲੀਏ ਦਿਓ ਪਿਆਰ ਦਾ ਸਬੂਤ ਬਖਸ਼ੋ ਆ ਗਿਆ ਤੇ ਗੱਦ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।